एवरीवन, वेलकम बैक टू माय चैनल। तो अज असी आए हुए हैं बैंडीगो। बैंडीगो हैगा वा एक विक्टोरिया वा छोटा जिहा टाउन। साढ़े घर तो 2 घंटे लग गया सानू, 2.5 घंटे। तो मैं तो बहुत टायर्ड हो गई सी गड्डी विच, ते ए नहीं होए टायर्ड। अज असी इत्थे आए हैं ईस्टर का मेला देखने वास्ते। बैंडीगो विच पता सब तो वड्डा ईस्टर का मेला लगता, 4 डेज़ चलता इत्थे, फ्राइडे टू मंडे चलता इत्थे 4 डेज़। ਤੇ ਬਹੁਤ ਕੁਛ ਹੁੰਦਾ ਵਾ ਇੱਥੇ, ਤੁਹਾਨੂੰ ਦਿਖਾਵਾਂਗੇ ਮੇਲੇ ਵਿੱਚ ਕੀ ਹੈਗਾ ਵਾ। ਆਹ ਦੇਖੋ ਜੀ, ਬੈਂਡੀਗੋ ਦੀਆਂ ਸੜਕਾਂ, ਕਿੰਨਾ ਲਾਈਵਲੀ ਜਿਹਾ ਟਾਊਨ ਆ ਨਾ। ਮੇਪਲ ਟ੍ਰੀਜ਼ ਲਗਾਏ ਕਿੰਨੇ ਸਾਰੇ। ਹਾਂ, ਜਦੋਂ ਨਾ ਜਿਵੇਂ ਆਟਮ ਸਟਾਰਟ ਹੋਣਾ ਵਾ, ਇਹ ਟ੍ਰੀਜ਼ ਨੇ ਆ, ਇਹਨਾਂ ਦਾ ਕਲਰ ਰੈੱਡ ਔਰੇਂਜ ਐਵੇਂ ਦਾ ਹੋ ਜਾਂਦਾ, ਤੇ ਬਹੁਤ ਸੋਹਣਾ ਲੱਗਦਾ ਵਾ। ਲੀਵਸ ਸ਼ੈਡ ਵੀ ਹੋ ਜਾਂਦੇ ਆ ਥੱਲੇ ਡਿੱਗੇ ਰਹਿੰਦੇ। ਹਾਂ, ਆ ਹੈਗੀ ਆਰਟ ਗੈਲਰੀ, ਬਾਹਰੋਂ ਕਿੰਨੀ ਘੈਂਟ ਲੱਗਦੀ ਗਈ ਆ। ਚਲੋ ਦੇਖਦੇ ਹਾਂ ਕਿਹੋ ਜਿਹੀ ਅੰਦਰ ਜਾ ਕੇ। ਮੈਨੂੰ ਲੱਗਦਾ ਇਸ ਟਾਊਨ ਵਿੱਚ ਭੂਤ ਵੀ ਨੇ ਕਾਫੀ ਜ਼ਿਆਦਾ। ਆਹ ਦੇਖੋ ਕੀ ਬਣਿਆ ਹੋਇਆ ਵਾ, ਕਾਫੀ ਡਰਾਵਣਾ ਲੱਗਦਾ ਹੋਣਾ ਜੇ ਕੋਈ ਰਾਤ ਨੂੰ ਨਿਕਲੂਗਾ ਇੱਥੋਂ ਤੋਂ। ਅਸੀਂ ਤਾਂ ਚੱਲ ਚੱਲ ਕੇ ਥੱਕ ਗਏ ਹਾਂ ਪਾਰਕਿੰਗ ਤੋਂ ਹੀ, ਅਤੇ ਸਾਡੇ 'ਚ ਐਨਰਜੀ ਵੀ ਨਹੀਂ ਹੈਗੀ ਪਤਾ। ਅਸੀਂ ਬਸ ਪਤਾ ਘਰੋਂ 2-2 ਪਰੌਂਠੇ ਖਾਧੇ ਸੀ ਆਲੂ ਦੇ ਦਹੀਂ ਨਾਲ, ਅਤੇ ਕੋਈ ਐਨਰਜੀ ਨਹੀਂ ਹੈਗੀ ਹੈ ਨਾ। ਹੁਣ ਸਾਨੂੰ ਫੂਡ ਚਾਹੀਦਾ, ਐਸਪੈਸ਼ਲੀ ਇਹਨਾਂ ਨੂੰ। ਮੈਂ ਤਾਂ ਕੁਛ ਉੱਥੇ ਖਾਊਂਗੀ, ਰੇੜੀਆਂ ਦਾ ਜਿਹੜਾ ਹੁੰਦਾ ਵਾ ਨਾ ਫੂਡ, ਮੈਨੂੰ ਬਹੁਤ ਵਧੀਆ ਲੱਗਦਾ। ਪਤਾ ਬੈਂਡੀਗੋ ਦੀ ਇੱਕ ਹੋਰ ਬੜੀ ਖਾਸੀਅਤ ਆ ਕਿ ਜਦੋਂ ਠੰਡ ਹੁੰਦੀ ਹੈ ਨਾ, ਇੱਥੇ ਦਾ ਟੈਂਪਰੇਚਰ ਮਤਲਬ ਵਾਰਮ ਹੀ ਹੁੰਦਾ ਮੈਲਬਨ ਨਾਲੋਂ, ਅਤੇ ਜਿਹੜੇ ਹੋਰ ਨਾਲ ਦੇ ਆਸ ਪਾਸ ਦੇ ਸਬਰਬ ਨੇ ਜਿਵੇਂ ਪੈਲਾਰਟ ਅਤੇ ਜਿਲੋਂਗ ਹੋ ਗਿਆ, ਜਿਵੇਂ ਮੰਨ ਲਓ ਉੱਥੇ 20 ਹੋਊਗਾ ਨਾ, ਇੱਥੇ 25 ਹੋਊਗਾ, 25 ਜਾਂ 26। ਜਿਵੇਂ ਅੱਜ ਇੱਥੇ 29 ਹੈ, ਅਤੇ ਮੈਲਬਨ ਵਿੱਚ ਹੈਗਾ ਵਾ 23, ਅਤੇ ਪੈਲਾਰਟ ਅਤੇ ਜਿਲੋਂਗ ਵਿੱਚ ਵੀ ਠੰਡ ਹੈ ਅੱਜ। ਇੱਥੇ ਕਾਫੀ ਸਨੀ ਹੈ ਅਤੇ ਕਾਫੀ ਵਧੀਆ ਵੈਦਰ ਹੈ ਇੱਥੇ। ਆਹ ਦੇਖੋ, ਤੁਹਾਨੂੰ ਰਿਵੀਲ ਕਰਦੇ ਹਾਂ, ਆਹ ਹੈਗਾ ਵਾ ਮੇਨ ਚੌਂਕ ਬੈਂਡੀਗੋ ਦਾ, ਤੇ ਮੇਲਾ ਹੈਗਾ ਵਾ ਇੱਧਰ ਪਾਰਕ ਵਿੱਚ ਲੈਫਟ ਹੈਂਡ ਸਾਈਡ। ਟ੍ਰੈਮ ਵੀ ਖੜੀ ਹੈ। ਕਿੱਥੇ ਆ ਟ੍ਰੈਮ? ਅੱਛਾ, ਟ੍ਰੈਮ ਵੀ ਚੱਲਦੀ ਹੈ ਇੱਥੇ। ਉਹ ਦੇਖੋ, ਟ੍ਰੈਮ ਚੱਲਦੀ ਹੈ ਇੱਥੇ। ਟ੍ਰੈਮ ਦਾ ਡਿਸਪਲੇ ਕੇ ਲਈ ਹੈ। ਆ ਹੈਗਾ ਵਾ ਫੈਸਟੀਵਲ ਬੈਂਡੀਗੋ ਈਸਟਰ ਫੈਸਟੀਵਲ। ਓਕੇ, ਇਟਸ ਫੈਨ ਦਾ ਸਟਾਲ ਹੈ। ਔਰ ਇੱਥੇ ਦੇਖੋ ਜੀ, ਫੇਸ ਪੇਂਟਿੰਗ ਦਾ ਸਟਾਲ ਵੀ ਲੱਗਿਆ। ਬਿੱਲੂ ਨੂੰ ਕਰਾਉਂਦੇ ਆ ਫੇਸ ਪੇਂਟਿੰਗ ਹੋਣੀ ਆ। ਜਵਾਕ ਦੇ ਲੋਕ ਕਿੱਦਾਂ ਡਾਂਸ ਕਰਦੇ ਆ। ਬੱਚਿਆਂ ਦੀ ਹੁੰਦੀ ਆ ਫੇਸ ਪੇਂਟਿੰਗ, ਮੈਂ ਨਹੀਂ ਕਰਾਉਣੀ ਹੈਗੀ। ਕਿਡਸ ਐਕਟੀਵਿਟੀਜ਼ ਨੇ ਸਾਰੀਆਂ ਮੈਨੂੰ ਲੱਗਦੀਆਂ। ਉਧਰ ਹਾਕੀ ਖੇਡੀ ਜਾਂਦੇ ਸੀ ਬੱਚੇ। ਕਾਫੀ ਲਾਈਵਲੀ ਆ ਇੱਥੇ, ਮਤਲਬ ਬਹੁਤ ਲੋਕ ਆਏ ਹੋਏ ਆ, ਵਧੀਆ ਲੱਗ ਰਿਹਾ ਵਾ ਇੱਥੇ ਆ ਕੇ। ਚਲੋ ਚੱਲੀਏ ਅੱਗੇ ਨੂੰ, ਘਰੋਂ ਬਾਹਰ ਨਿਕਲੇ ਆ ਹਨਾ। ਹਾਂ, ਸਨੀ ਵੀ ਅੱਜ ਵੈਦਰ ਬਹੁਤ ਬਹੁਤ ਸਨ ਚੱਲ। ਕਹਿੰਦੀ ਮੈਂ ਨਹੀਂ ਜਾਣੀ ਤੁਸੀਂ ਘਰੇ ਜਾਓ, ਤੁਸੀਂ ਡਿਗਰਟ ਕਰੋ ਕੀਤਾਂਗੇ। ਚਲੋ, ਐਵਰੀ ਸਿੰਗਲ ਵਨ ਆਫ ਯੂ, ਚੱਲ ਬਿੱਲੀ। ਪੰਜ ਵਾਰੀ ਹੋ ਗਿਆ। ਆਹ ਕਿੰਨਾ ਸੋਹਣਾ ਲੱਗਿਆ, ਬਬਲ ਆਪਣੇ ਆਪ ਹੀ ਨਿਕਲ ਜਾਂਦੇ ਆ ਵਿੱਚੋਂ। ਪਰੇਡ ਹੁੰਦੀ ਇੱਥੇ, ਅਸੀਂ ਸਵੇਰੇ ਮਿਸ ਕਰਤੀ ਪਰੇਡ। ਉਹਦੇ ਵਿੱਚ ਏਦਾਂ ਦਾ ਹੁੰਦਾ ਵਾ ਪਰੇਡ ਵਿੱਚ, ਪਤਾ ਆ ਚਿੰਕਿਆਂ ਦਾ ਵਾ, ਪਤਾ ਚਾਈਨੀਜ਼ ਕਹੀਦਾ ਹੁੰਦਾ, ਚਿੰਕੇ ਨਹੀਂ। ਵੀਡੀਓ ਦੇ ਵਿੱਚ ਤੂੰ ਜਿੰਕਾ ਜਿੰਕਾ ਕਰੀ ਜਾਂਦੀ ਹੈ। ਸੋਹਣੇ ਅਸੀਂ ਕਿਹੜਾ ਦੇਸੀ ਆ, ਤੇ ਚਾਈਨੀਜ਼ ਸਿੱਕੇ ਹੀ ਹੋਏ ਕਿ ਨਹੀਂ। ਚਲੋ, ਤੇ ਫੇਸ ਪੇਂਟਿੰਗ ਹੁੰਦੀ ਹੈ $20 ਵਿੱਚ ਬੱਚਿਆਂ ਦੀ ਫੇਸ ਪੇਂਟਿੰਗ। ਕਹਿੰਦੇ ਸਪਾਈਡਰਮੈਨ ਬਣ ਜਾਓ, ਟਾਈਗਰ ਬਣ ਜਾਓ, ਤੁਹਾਡੀ ਕਰਾਈਏ ਨਾ, ਤੇਰੀ ਕਰਾ ਦਿੰਦੇ ਆ, ਪ੍ਰਿੰਸ ਤੇਰੀ ਪ੍ਰਿੰਸੈਸ ਬਣ ਜਾ। ਬੱਚੇ ਕਰਾ ਵੀ ਰਹੇ ਅੰਦਰ। ਲੋ, ਆਪਾਂ ਬ੍ਰਿਜ ਕ੍ਰੋਸ ਕਰਕੇ ਦੂਜੇ ਪਾਸੇ ਜਾ ਰਹੇ ਹਾਂ। ਇੱਥੇ ਵੀ ਲਾਦੇ ਪਾਮ ਟ੍ਰੀਜ਼ ਲੱਗੇ ਕਿ ਕੋਕੋਨਟ ਟ੍ਰੀਜ਼ ਆ, ਇਹ ਖਾਣੇ ਵਾਲੇ ਪਾਸੇ ਜਾ ਰਹੇ ਹਾਂ। ਹਨੇਰਾ ਹੁੰਦਾ ਇੱਧਰ ਦੀ, ਇੱਧਰ ਤਾਂ ਸਾਰੇ ਫੂਡ ਸਟਾਲ ਲਾਦੇ ਆ ਕਿੰਨੇ ਹੀ, ਹਨਾ। ਇੱਥੋਂ ਸ਼ੁਰੂ ਹੋ ਗਏ ਫੂਡ ਸਟਾਲਸ, ਉਹ ਆ ਗਏ ਡੰਪਲਿੰਗਸ ਬਿੱਲੂ ਨੇ ਜਿਹੜੇ ਖਾਣੇ ਆ, ਅਤੇ ਇੱਧਰ ਵੀ ਸਾਰੇ ਇਹੀ ਫੂਡ ਸਟਾਲਸ ਲੱਗੇ ਆ ਕਿੰਨੇ ਹੀ। ਬਿੱਲੂ ਆਹ ਡੰਪਲਿੰਗਸ, ਧੂੰਆਂ ਨਿਕਲਦਾ ਉਹਨਾਂ ਦੇ। ਚਲੋ ਜੀ, ਫਾਈਨਲੀ ਵੈਜੀਟੇਰੀਅਨ ਡੰਪਲਿੰਗਸ ਆ ਗਈ ਦੁਕਾਨ ਦਿੱਤਾ। ਹਾਂ, ਗਰਮੀ ਤਾਂ ਹੈਗੀ ਹੈ। ਆ ਗਿਆ ਬਿੱਲੂ ਦੇ ਡੰਪਲਿੰਗਸ, ਕਿੱਦਾਂ ਦੇ ਆ? ਬਿੱਲੂ ਤਾਂ ਰੁਕਦਾ ਹੀ ਨਹੀਂ ਹੈ, ਵੀਡੀਓ ਲਈ ਇਹਨੇ ਸ਼ੁਰੂ ਵੀ ਕਰਤਾ ਖਾਣਾ। ਮੈਂ ਪਹਿਲਾਂ ਬਹੁਤ ਵੀਡੀਓ ਵਿੱਚ ਕਹਿ ਦਿੱਤੀ ਹੈ ਕਿ ਮੈਂ ਖਾਣ ਲਈ ਨਹੀਂ ਰੁਕ ਸਕਦੀ। ਖਿੱਚੀ ਜਾਂਦਾ ਕੰਮ,
ਯਮੀ ਹੈ ਬਹੁਤ ਖਾ ਲਿਆ ਹੁਣ ਮੈਂ ਚਾਰਜ ਹੋ ਜਾਣਾ ਮੈਂ ਖਾ ਕੇ ਇਹਨੂੰ ਚਲੋ ਵਧੀਆ ਨੈਕਸਟ ਆਪਣੇ ਡਿਸ਼ ਆ ਗਈ ਜੀ ਚਨਾ ਚਾਟ ਬਿੱਲੂ ਨੇ ਇਹ ਵੀ ਖਾਣਾ ਹੈ ਚਨਾ ਚਾਟ ਇਹ ਆਪਾਂ ਲਿਆ ਵਾ ਇੱਥੇ ਇੰਡੀਅਨ ਕੁਜ਼ੀਨ ਆ ਲੱਗੀ ਹੈ ਇੱਥੋਂ ਮਿਲ ਜਾਂਦਾ ਚਨਾ ਚਾਟ ਆਪਾਂ ਦੇਖਿਆ ਨਹੀਂ ਆਪਾਂ ਪੀਜ਼ਾ ਵੀ ਆਰਡਰ ਕੀਤਾ ਤਾਂ ਵੁੱਡ ਫਾਇਰਡ ਪੀਜ਼ਾ ਇਹ ਵੀ ਲਿਆਉਂਦੇ ਹਾਂ ਹੁਣੇ ਇਹਨਾਂ ਨੂੰ ਫਾਈਨਲੀ ਪੀਜ਼ਾ ਮਿਲ ਚੁੱਕਿਆ ਜ਼ਰੂਰ ਥਿੰਕ ਬੇਸ ਹੋਊਗਾ ਪੀਜ਼ਾ ਦਾ ਕਿਹੋ ਜਿਹਾ ਪੀਜ਼ਾ ਦਿਖਾਓ ਸੋਹਣਾ ਲਾਵਾ ਵਾਓ ਕਿੰਨਾ ਯਮੀ ਲੱਗ ਰਿਹਾ ਪੀਜ਼ਾ ਥਿੰਨ ਬੇਸ ਆ ਹਨਾ ਪਰ ਛੋਟਾ ਬਹੁਤ ਆ ਪੀਜ਼ਾ ਟਿੱਕੀ ਕਿਹੋ ਜੀ ਲੱਗੀ ਤੁਹਾਨੂੰ ਟਿੱਕੀ ਚਾਟ ਲੱਗੀ ਆ ਚਨਾ ਚਾਟ ਅੱਛੀ ਲੱਗੀ ਚਲੋ ਮੈਂ ਖਾ ਕੇ ਬਤਾਤੀ ਹੂੰ ਕੈਸੀ ਹੋਈ ਚਲੋ ਮੇਰੀ ਵੀਡੀਓ ਬਣਾਣਾ ਗੋ ਯਮੀ ਚਨੇ ਬਹੁਤ ਸਵਾਦ ਆ ਸਮੋਸਾ ਵੀ ਸਵਾਦ ਆ ਡਿਨਰ ਵਾਲਾ ਕੋਟ ਤੋਂ ਨਿਕਲ ਕੇ ਇੱਧਰ ਵਾਲੀ ਸਾਈਡ ਆ ਚੁੱਕੇ ਆ ਇੱਧਰ ਕੁਝ ਸਟਾਲਸ ਲੱਗੇ ਹੋਏ ਆ ਚੀਜ਼ਾਂ ਦੇ ਜੋ ਤੁਸੀਂ ਕੁਝ ਲੈਣਾ ਵਾ ਲੋਟਰੀ ਵੀ ਚੱਲਦੀ ਪਈ ਆ 1-1 ਡਾਲਰ ਦੀ ਦੇਖੋ ਜੀ ਇਦਾਂ ਇੱਥੇ ਸਟਾਲਸ ਲੱਗੇ ਆ ਸਾਰੇ ਉਹ ਧੁਰ ਤੱਕ ਲੱਗੇ ਆ ਇੱਕ ਤੱਕ ਐਂਡ ਤੱਕ ਆਪਾਂ ਦੇਖਦੇ ਆ ਜੇ ਬਿੱਲੂ 'ਚ એનર્ਜੀ ਹੈਗੀ ਆ ਤਾਂ ਜਾਵਾਂਗੇ ਕਿਉਂ ਨਹੀਂ ਹੈਗੀ ਮੈਨੂੰ ਕਿਉਂ ਆ ਹੈਗੀ ਐ એનર્ਜੀ ਹਾਂ ਤੇ ਮੈਨੂੰ ਕਿਉਂ ਅੱਛਾ ਮੈਨੂੰ ਲੱਗਿਆ ਨਹੀਂ ਹੈਗੀ ਹਜੇ એનર્ਜੀ ਉਹਨਾਂ ਕੈਂਡਲਸ ਨੇ ਆਗਰੀ ਜੈਫ ਬੀਅਰਡ ਮੈਨੂੰ ਬਹੁਤ ਵਧੀਆ ਲੱਗਦੇ ਨੇ ਡਿਫਿਊਜ਼ਰ ਰੂਮ 'ਚ ਰੱਖਣੇ ਤੇ ਘਰ 'ਚ ਕਾਫੀ ਜਗ੍ਹਾ ਰੱਖੇ ਹੋਏ ਨੇ ਲੱਕੜੀਆਂ ਦਿੰਦੇ ਆ ਨਾਲ ਵਿੱਚ ਇਹਦੇ ਭੇਂਗ ਰੱਖ ਦੋ ਖੁਸ਼ਬੂ ਹੁੰਦੀ ਰਹਿੰਦੀ ਹੈ ਸਵੀਟ ਸ਼ਾਪ ਦੇਖ ਲਓ ਜਵਾਕਾਂ ਦਾ ਕੀ ਕੁਛ ਆ ਇੱਥੇ ਜਵਾਕ ਖਾਂਦੇ ਆ ਸੱਪ ਫੇਰੀ ਫਲੋਸ ਆ ਗਿਆ ਜੀ ਘਰ ਦਾ ਕੱਢਿਆ ਹਨੀ ਹੁੰਦਾ ਇਹਨਾਂ ਦਾ ਆ ਕੰਪਨੀ ਇਹਨਾਂ ਦੀ ਸਟ੍ਰੇਟ ਫਰੋਮ ਦ ਬੀ ਹਾਈਵ ਆਉਂਦੇ ਹੋਏ ਲਵਾਂਗੇ ਫਿਰ ਐਵੇਂ ਚੱਕ ਕੇ ਘੁੰਮਣਾ ਪੈਣਾ ਬਾਜ਼ਾਰ 'ਚ ਆਹ ਦੇਖੋ ਜਿਹਨਾਂ ਨੇ ਬਟਰਫਲਾਈ ਜਿੱਦਾਂ ਕੈਦ ਕਰਕੇ ਰੱਖੀਆਂ ਰੀਅਲ ਨੇ ਇਹ ਦੇਖ ਲਓ ਆਹ ਦੀ ਕਿੰਨੀ ਸੋਹਣੀ ਸੋਹਣਾ ਮੇਲਾ ਆ ਕਾਫੀ ਕੁਝ ਲੱਗਿਆ ਸੀ ਇੰਨੇ ਸਟਾਲਸ ਇਕੱਠੇ ਨਹੀਂ ਦੇਖੇ ਹਾਂ ਇੰਨੇ ਸਟਾਲਸ ਨਹੀਂ ਦੇਖੇ ਉਦਾਂ ਦੇਖੇ ਜ਼ਰੂਰ ਆ ਖਾਣਾ ਵੀ ਸਵਾਦ ਸੀਗਾ ਇਹਨਾਂ ਦਾ ਇਹਨਾਂ ਨੇ ਵੀ ਬਾਈ ਨੇ ਰੱਖੀ ਆ ਕਰਕੇ ਵੁੱਡ ਤੇ ਆਰਟ ਹਾਂ ਲੋਕਲ ਡਿਜ਼ਾਈਨਰਸ ਹੁੰਦੇ ਨੇ ਸਾਰੇ ਇੱਥੇ ਦੇ ਬੈਂਡੀਗੋ ਦੇ ਆਸਟ੍ਰੇਲੀਅਨ ਮੇਡ ਨੇ ਹਾਂ ਕਿਉਂਕਿ ਉਹ ਇੱਥੇ ਕਲਾਕਾਰੀ ਕਰਦੇ ਆ ਨਾ ਇਹ ਲੋਕ ਹਾਂ ਦੇਖੋ ਜੀ ਸਾਡੇ ਗੁੱਡੂ ਭਈਆ ਦੀ ਫੇਵਰੇਟ ਸ਼ੌਪ ਆ ਗਈ ਲਾਦੀ ਉਹਦੇ ਕਿੱਦਾਂ ਲੇਜ਼ਰ ਟੰਗੀ ਹੈ ਇਹਨਾਂ ਨੇ ਐਟਮ ਹੈ ਫਰੋਗ ਲੇਜ਼ਰਸ ਟੰਗੀਆਂ ਨੇ ਗੁੱਡੂ ਆਊਗੀ ਪਸੰਦ ਕਰਨ ਚੱਲੀ ਜਾਂਦੇ ਆ ਸਟਾਲ ਟਲਦੇ ਨਹੀਂ ਹੈ ਆਹ ਦੇਖੋ ਇਹਨਾਂ ਨੇ ਵੀ ਇੱਧਰ ਸੋਹਣੀ ਲਾਈ ਆ ਆਹ ਸ਼ੌਪ ਦੇਖੋ ਕੀ ਮਿਲਦਾ ਵਾ ਇੱਥੇ ਡਿਜ਼ਾਈਨਰ ਕੁਛ ਹੈਗਾ ਸਨੋ ਕੋਨਸ ਮਿਲਦੀਆਂ ਪਈਆਂ ਬੀਬੀ ਨੇ ਬਣਾ ਕੇ ਰੱਖੀਆਂ ਸਨੋ ਕੋਨਸ ਉੱਪਰ ਪਾਈ ਆ ਦੇਖੋ ਕਿੰਨੀ ਸੋਹਣੀ ਹੈ ਨਾ ਪੈਕੇਜ ਕਿੰਨੀ ਵਧੀਆ ਲੱਗ ਰਹੀ ਹੈ ਹੈ ਨਾ 2 ਮੋਰ ਕੱਪਸ ਰਹਿ ਗਏ ਆ ਕਹਿੰਦੇ ਖਤਮ ਹੋ ਗਏ ਸਨੋ ਕੋਨਸ ਬਿੱਲੂ ਕਹਿੰਦੀ ਮੈਂ ਖਾਣੀ ਹੈ ਨਹੀਂ ਯਾਰ ਮੇਰੇ ਹੱਥ ਕੋਕ ਫੜੀ ਹੋਈ ਹੈ ਮੈਂ ਲੈ ਕੇ ਹੀ ਪਾ ਲੈਣੀ ਉੱਪਰ ਮੇਰਾ ਵੈਸੇ ਇੰਨਾ ਭਰ ਚੁੱਕਿਆ ਪੇਟ ਖਾ ਖਾ ਕੇ ਮੈਨੂੰ ਅਸੀਂ ਘੁੰਮੇ ਆਏ ਆ ਸਾਰਾ ਪਿੱਛੋਂ ਤੁਹਾਨੂੰ ਦਿਖਾਇਆ ਨਹੀਂ ਕੀ ਕਿਹੜੇ ਕਿਹੜੇ ਸਟਾਲ ਦਿਖਾਈ ਜਾਈਏ ਤੇ ਕਾਫੀ ਕੁਛ ਹੈਗਾ ਇੱਥੇ ਜੂਸ ਮੰਗਣਾ ਚਾਹ ਰਹੇ ਤਾਂ ਮਿਲਾ ਨਹੀਂ ਮੈਂ ਯਾਰ ਹੁਣ ਨਹੀਂ ਹੈਗਾ ਜੂਸ ਖਤਮ ਆ ਆ ਮੈਰਿਜ ਵਾਲਿਆਂ ਦਾ ਦੇਖ ਲਓ ਲਾਇਆ ਇਹਨਾਂ ਨੇ ਬੋਰਡ ਕਿੰਨੇ ਸੋਹਣੇ ਨੇਮ ਪਜ਼ਲਸ ਕੀ ਆ ਨੇਮਸ ਨੇ ਤੇ ਇੱਕ ਫਲਾਵਰ ਸ਼ੌਪ ਹੈ ਸਾਹਮਣੇ ਫਲੋਰਿਸਟ ਆ ਦੇ ਗੁੱਡੇ ਆ ਗਏ ਤੇਰਾ ਟੈਂਕੋ ਆ ਗਿਆ ਟੈਂਕੋ ਇਹਦਾ ਕਿਊਬ ਹੈਗਾ
कार्टून ने कार्टून ए वर्गे आ कि सोहनी शॉप बच्चों की इतने जी मेहंदी लाई आते अपने हीना टैटूइंग जनता टैटू लवाने लिए बैठी है कि देख लो अंदर बिल्लू जी लग्या लैन हनी टेस्ट करता पिया ले लो ਵਲੌਗ ਵਧੀਆ ਲੱਗਿਆ ਹੋਵੇ ਤੇ ਤੁਹਾਨੂੰ ਬੈਂਡੀ ਕੋ ਛੋਟਾ ਜਿਹਾ ਸ਼ਹਿਰ ਵੀ ਨਾਈਸ ਲੱਗਿਆ ਹੋਊਗਾ ਵੈਸੇ ਤਾਂ ਮੇਲਾ ਵੀ ਤੁਹਾਨੂੰ ਹੁਣ ਮਿਲਦੇ ਆਪਣੇ ਨੈਕਸਟ ਵਲੌਗ ਵਿੱਚ ਟਿਲ ਦੈਨ ਬਾਏ।